ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਰੀਜ਼ਨਿੰਗ ਦਾ ਕੱਲ ਟੌਪਿਕ ਕੀਤਾ ਸੀ ਨੰਬਰ ਸੀਰੀਜ਼ ਤੇ ਅੱਜ ਆਪਾਂ ਆਪਣਾ ਨੈਕਸਟ ਟੌਪਿਕ ਸਟਾਰਟ ਕਰਨ ਜਾ ਰਹੇ ਹਾਂ ਅਲਫਾਬੈਟ ਸੀਰੀਜ਼। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਹੁੰਦੇ ਨੇ ਰੀਜ਼ਨਿੰਗ ਦੇ ਅਲਫਾਬੈਟ ਸੀਰੀਜ਼। ਆਪਾਂ ਕੱਲ ਨੰਬਰ ਸੀਰੀਜ਼ ਕੀਤਾ ਸੀ ਤੇ ਨੰਬਰ ਸੀਰੀਜ਼ ਤੇ ਆਲਮੋਸਟ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਕੁਐਸਚਨ ਕਰਵਾਇਆ ਗਿਆ ਸੀ ਤੇ ਉਸ ਤੋਂ ਵੀ ਜ਼ਿਆਦਾ ਜੇ ਤੁਸੀਂ ਵੱਧ ਤੋਂ ਵੱਧ ਪ੍ਰੈਕਟਿਸ ਲਈ ਕੁਐਸਚਨ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਟੈਲੀਗ੍ਰਾਮ ਦਾ ਲਿੰਕ ਦਿੱਤਾ ਹੋਇਆ, ਤੁਸੀਂ ਉੱਥੋਂ ਆਪਣੀ ਪੀਡੀਐਫ ਕਲੈਕਟ ਕਰ ਸਕਦੇ ਹੋ। ਸੋ ਅੱਜ ਆਪਾਂ ਆਪਣਾ ਨੈਕਸਟ ਟੌਪਿਕ ਸਟਾਰਟ ਕਰਨ ਜਾ ਰਹੇ ਹਾਂ ਅਲਫਾਬੈਟ ਸੀਰੀਜ਼। ਹੁਣ ਅਲਫਾਬੈਟ ਸੀਰੀਜ਼ ਦੇ ਵਿੱਚ ਸਭ ਤੋਂ ਪਹਿਲਾਂ ਦਿਮਾਗ ਦੇ ਵਿੱਚ ਕੀ ਆਉਣਾ ਚਾਹੀਦਾ ਹੈ? ਫੋਰ ਐਗਜ਼ਾਮਪਲ ਆਪਾਂ ਪਹਿਲਾਂ ਦੇਖ ਲੈਂਦੇ ਕਿ ਅਲਫਾਬੈਟ ਸੀਰੀਜ਼ ਹੁੰਦੀਆਂ ਕਿਵੇਂ ਦੀਆਂ ਨੇ। ਜਿਵੇਂ ਕਿ ਏ ਦੇ ਤਾਂ, ਸੀ ਦੇ ਤਾਂ, ਈ ਦੇ ਤਾਂ ਤੇ ਨੈਕਸਟ ਉਹਨਾਂ ਨੇ ਅਲਫਾਬੈਟ ਆਪਾਂ ਨੂੰ ਫਾਈਂਡ ਕਰਨ ਨੂੰ ਦਿੱਤਾ। ਫੋਰ ਐਗਜ਼ਾਮਪਲ ਇਸ ਤਰ੍ਹਾਂ ਦੀ ਆਪਣੇ ਕੋਲ ਕੀ ਹੁੰਦੀ ਹੈ? ਅਲਫਾਬੈਟ ਸੀਰੀਜ਼ ਹੁੰਦੀ ਹੈ। ਬਟ ਅਲਫਾਬੈਟ ਸੀਰੀਜ਼ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਸਾਨੂੰ ਸਭ ਤੋਂ ਜ਼ਿਆਦਾ ਇੱਥੇ ਕਿਸ ਚੀਜ਼ ਦੀ ਲੋੜ ਪਏਗੀ। ਇਸ ਦੇ ਵਿੱਚ ਸਾਨੂੰ ਸਭ ਤੋਂ ਜ਼ਿਆਦਾ ਅਲਫਾਬੈਟ ਦੀ ਪੋਜੀਸ਼ਨ ਦੀ ਲੋੜ ਪਏਗੀ ਕਿ ਅਲਫਾਬੈਟ ਦੀ ਏ ਬੀ ਸੀ ਦੇ ਵਿੱਚ ਪੋਜੀਸ਼ਨ ਕਿਹੜੀ ਹੈ। ਜਿਵੇਂ ਆਪਾਂ ਦੇਖੀਏ ਕਿ ਏ ਦੀ 1 ਪੋਜੀਸ਼ਨ ਹੁੰਦੀ ਹੈ, ਬੀ ਦੀ 2nd ਪੋਜੀਸ਼ਨ ਹੁੰਦੀ ਹੈ, ਸੀ ਦੀ 3rd ਪੋਜੀਸ਼ਨ ਹੁੰਦੀ ਹੈ ਤੇ ਡੀ ਦੀ 4th ਪੋਜੀਸ਼ਨ ਹੁੰਦੀ ਹੈ। ਸੇਮ ਐਸ ਇਸ ਪੂਰੀ ਏ ਬੀ ਸੀ ਦੀ ਕੱਲੇ ਕੱਲੇ ਅਲਫਾਬੈਟ ਦੀ ਪੋਜੀਸ਼ਨ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ। ਜੇ ਤੁਹਾਨੂੰ ਅਲਫਾਬੈਟ ਦੀ ਪੋਜੀਸ਼ਨ ਯਾਦ ਹੈ ਨਾ, ਤੁਸੀਂ ਨੰਬਰ ਸੀਰੀਜ਼ ਨੂੰ ਬਹੁਤ ਈਜ਼ੀਲੀ ਸੋਲਵ ਕਰ ਸਕਦੇ ਹੋ। ਸੋਰੀ, ਅਲਫਾਬੈਟ ਸੀਰੀਜ਼ ਨੂੰ ਤੁਸੀਂ ਬਹੁਤ ਈਜ਼ੀਲੀ ਸੋਲਵ ਕਰ ਸਕਦੇ ਹੋ, ਕਿਉਂਕਿ ਜਦੋਂ ਤੁਸੀਂ ਅਲਫਾਬੈਟ ਸੀਰੀਜ਼ ਸਟਾਰਟ ਕਰੋਗੇ, ਜੇ ਤੁਹਾਨੂੰ ਨੰਬਰ ਤੁਹਾਨੂੰ ਅਲਫਾਬੈਟ ਦੇ ਨੰਬਰਸ ਯਾਦ ਹੈ ਕਿ ਨੰਬਰ ਜੋ ਪੋਜੀਸ਼ਨ ਹੈ ਅਲਫਾਬੈਟ ਦੀ, ਜੇ ਤੁਹਾਨੂੰ ਉਹ ਯਾਦ ਹੈ ਨਾ, ਤੁਸੀਂ ਉਹਨੂੰ ਨੰਬਰ ਸੀਰੀਜ਼ ਦੇ ਅਕੋਰਡਿੰਗ ਕਰ ਸਕਦੇ ਹੋ। ਜਿਵੇਂ ਸਪੋਜ਼ ਕਰ ਲਓ, ਆ ਫੋਰ ਐਗਜ਼ਾਮਪਲ ਆਪਾਂ ਸੀਰੀਜ਼ ਲਈ ਸੀ, ਆਪਾਂ ਨੂੰ ਪਤਾ ਹੈ ਕਿ ਏ ਦੀ ਪੋਜੀਸ਼ਨ ਕਿਹੜੀ ਹੈ? 1 ਹੈ ਤੇ ਸੀ ਦੀ ਪੋਜੀਸ਼ਨ ਕੀ ਹੈ? 3rd ਹੈ ਤੇ ਈ ਦੀ ਪੋਜੀਸ਼ਨ ਕੀ ਹੈ? ਸਾਡੇ ਕੋਲ 5 ਹੈ। ਠੀਕ ਹੈ, ਤਾਂ ਤੁਸੀਂ ਦੇਖੋਗੇ ਕਿ ਇਹਨਾਂ ਦੇ ਵਿੱਚ ਗੈਪ ਕਿੰਨੇ ਦਾ? 2 ਦਾ। ਇਹਨਾਂ ਦੇ ਵਿੱਚ ਗੈਪ ਕਿੰਨੇ ਦਾ? 2 ਦਾ। ਸੋ ਜੋ ਨੈਕਸਟ ਅਲਫਾਬੈਟ ਆਏਗਾ ਉਹਨਾਂ ਦੇ ਵਿੱਚ ਵੀ ਗੈਪ ਕਿੰਨੇ ਦਾ ਹੋਏਗਾ? 2 ਦਾ ਹੀ ਹੋਏਗਾ। ਠੀਕ ਹੈ, ਸੋ ਆਪਣੇ ਕੋਲ ਕੀ ਆਇਆ? 5 + 2 ਕਿੰਨਾ ਹੋ ਗਿਆ? 7। ਹੁਣ 7 ਦੀ ਪੋਜੀਸ਼ਨ ਕੀ ਹੁੰਦੀ ਹੈ? ਜੀ। ਸੋ ਆਪਣਾ ਨੈਕਸਟ ਅਲਫਾਬੈਟ ਕੀ ਹੋਏਗਾ? 7। ਹੁਣ ਤੁਹਾਨੂੰ ਮੈਂ ਕੁਛ ਕੁ ਦੱਸ ਦਿੰਦੀ ਹਾਂ ਕਿ ਕੁਛ ਕੁ ਜੇ ਤੁਸੀਂ ਕੁਛ ਕੁ ਵੀ ਅਲਫਾਬੈਟ ਦੇ ਨੰਬਰਸ ਯਾਦ ਰੱਖ ਲਓ ਨਾ, ਪੋਜੀਸ਼ਨ ਯਾਦ ਰੱਖ ਲਓ, ਤਾਂ ਤੁਹਾਨੂੰ ਆਟੋਮੈਟਿਕਲੀ ਉਸਦੇ ਨਾਲ ਵਾਲੇ 1-2 ਅਲਫਾਬੈਟ ਦੀ ਪੋਜੀਸ਼ਨ ਆਟੋਮੈਟਿਕਲੀ ਯਾਦ ਆ ਜਾਏਗੀ। ਠੀਕ ਹੈ, ਜਿਵੇਂ ਤੁਹਾਨੂੰ ਅਲਫਾਬੈਟ ਦੀ ਜੀ ਦੀ ਪਤਾ ਲੱਗ ਗਈ ਕਿ ਜੀ ਦੀ ਸਾਨੂੰ ਪਤਾ ਹੈ ਕਿ ਜੀ ਦਾ 7 ਪੋਜੀਸ਼ਨ ਹੈ, ਸੋ ਉਸਦੇ ਨਾਲ ਹੀ ਤੁਸੀਂ ਯਾਦ ਕਰ ਲੋਗੇ ਕਿ ਐਫ ਐਫ ਹੈ ਜੋ ਉਹ ਜੀ ਤੋਂ ਪਹਿਲਾਂ ਹੁੰਦਾ, ਤਾਂ ਐਫ ਦੀ ਪੋਜੀਸ਼ਨ ਕੀ ਹੋਏਗੀ? 6 ਹੋਏਗੀ। ਠੀਕ ਹੈ, ਜੀ ਤੋਂ ਬਾਅਦ ਕੀ ਹੁੰਦਾ? ਐਚ ਹੁੰਦਾ, ਐਚ ਦੀ ਪੋਜੀਸ਼ਨ ਕੀ ਹੋਏਗੀ? 8 ਹੋਏਗੀ। ਸੋ ਇੱਕ ਅੱਧੇ ਨੂੰ ਯਾਦ ਕਰ ਲਓ, ਬਾਕੀ ਤੁਹਾਨੂੰ ਯਾਦ ਆ ਜਾਣਗੇ। ਹੁਣ ਜੀ ਦੀ ਪੋਜੀਸ਼ਨ ਕਿਵੇਂ ਯਾਦ ਰੱਖ ਸਕਦੇ ਹੋ ਤੁਸੀਂ? G7। ਠੀਕ ਹੈ ਨਾ, ਆਰਗੇਨਾਈਜੇਸ਼ਨ ਹੈ ਤਾਂ G7 ਤੋਂ ਯਾਦ ਰੱਖ ਸਕਦੇ ਹੋ। ਠੀਕ ਹੈ, ਫਿਰ ਤੁਸੀਂ ਇੱਕ ਅੱਧੇ ਦੀ ਯਾਦ ਰੱਖ ਲਓ, ਬਾਕੀ ਦੀ ਨਾਲ ਅੱਗੇ ਪਿੱਛੇ ਵਾਲੇ ਤੁਹਾਨੂੰ ਯਾਦ ਆ ਜਾਣਗੇ। ਸੋ ਇਸ ਦੇ ਨਾਲ ਹੀ ਆਪਾਂ ਆਪਣੀ ਨੰਬਰ ਸੀਰੀਜ਼ ਨੂੰ ਸਟਾਰਟ ਕਰਦੇ ਹਾਂ। ਸੋ ਆਪਣਾ ਫਸਟ ਕੁਐਸਚਨ ਹੈ ਜੀ, ਕੁਐਸਚਨ ਸਟਾਰਟ ਕਰਨ ਤੋਂ ਪਹਿਲਾਂ ਨਾ ਤੁਹਾਨੂੰ ਕੁਛ ਕੁ ਗੱਲਾਂ ਧਿਆਨ ਚ ਰੱਖਣੀ ਹੈ। ਜਿਵੇਂ ਕਿ ਆਪਾਂ ਸਭ ਤੋਂ ਪਹਿਲਾਂ ਜਦੋਂ ਐਗਜ਼ਾਮ ਦੇ ਵਿੱਚ ਰੀਜ਼ਨਿੰਗ ਅਟੈਂਪਟ ਕਰਨ ਲੱਗਣਾ ਹੈ ਨਾ, ਵਿਦਇਨ ਤੁਹਾਡੇ ਵੱਧ ਤੋਂ ਵੱਧ 10 ਸੈਕਿੰਡ ਲੱਗਣਗੇ, ਤੁਸੀਂ ਆਪਣੀ ਕੀ ਏ ਬੀ ਸੀ ਨੂੰ ਨਾ ਸਾਈਡ ਤੇ ਲਿਖ ਲੈਣਾ। ਇਨ ਕੇਸ ਤੁਹਾਨੂੰ ਪੋਜੀਸ਼ਨਸ ਯਾਦ ਨਹੀਂ ਰਹਿੰਦੀਆਂ, ਕਈ ਵਾਰ ਸਮਟਾਈਮ ਬੱਚਿਆਂ ਨੂੰ ਹੁੰਦਾ ਕਿ ਪੋਜੀਸ਼ਨਸ ਨਹੀਂ ਯਾਦ ਰਹਿੰਦੀਆਂ, ਤਾਂ ਉਸ ਕੇਸ ਚ ਨਾ ਤੁਸੀਂ ਸਭ ਤੋਂ ਪਹਿਲਾਂ ਆਪਣੀ ਏ ਬੀ ਸੀ ਨੂੰ ਸਾਈਡ ਤੇ ਲਿਖ ਲੈਣਾ, ਉਹਦੀ ਪੋਜੀਸ਼ਨਸ ਨਾਲ ਲਿਖ ਲੈਣੀ ਹੈ। ਠੀਕ ਹੈ, ਰਿਵਰਸ ਵਾਲੇ ਪੋਜੀਸ਼ਨਸ ਵੀ ਲਿਖ ਲੈਣੀ ਹੈ। ਸਪੋਜ਼ ਕਰ ਲਓ, ਜਿਵੇਂ ਆਪਾਂ ਉਰੇ ਲਿਖ ਕੇ ਦੇਖ ਲੈਂਦੇ ਹਾਂ, ਜਿਵੇਂ ਏ ਦੀ ਪੋਜੀਸ਼ਨ 1 ਹੈ, ਬੀ ਦੀ 2 ਹੈ, ਸੀ ਦੀ 3 ਹੈ ਤੇ ਡੀ ਦੀ ਕਿੰਨੀ ਹੈ? 4 ਹੈ। ਈ ਐਫ ਜੀ ਐਚ 7 ਹੈ, 6 ਹੈ, 8 ਹੈ, 5 ਹੈ। ਆਈ ਜੇ ਕੇ ਐਲ ਐਮ ਐਮ ਓ ਪੀ ਕਿਊ ਆਰ ਐਸ ਜੀ ਯੂ ਵੀ ਡਬਲਯੂ ਐਕਸ ਵਾਈ ਜੈਡ। ਠੀਕ ਹੈ, ਇੱਥੇ ਤੁਸੀਂ ਪੋਜੀਸ਼ਨਸ ਨੋਟ ਕਰ ਲੈਣਗੇ। ਠੀਕ ਹੈ, ਜਿਸ ਤਰ੍ਹਾਂ ਆਪਾਂ ਸੀ ਮੋਸਟਲੀ ਆਪਾਂ ਨੂੰ ਨਾ ਜੋ ਫਸਟ ਵਾਲੇ ਅਲਫਾਬੈਟ ਹੁੰਦੇ ਉਹਨਾਂ ਦੀ ਪੋਜੀਸ਼ਨਸ ਯਾਦ ਹੋ ਜਾਂਦੀ ਹੈ, ਜਿਵੇਂ ਏ ਬੀ ਸੀ,
अप टू ई तक तो अपन याद हो ही जाते हैं, ठीक है। फिर जी जी दी सेवन, जी सेवन ऑर्गेनाइजेशन तो तुम याद रख सकते हो कि जी सेवन एक ऑर्गेनाइजेशन है, सो जी की पोजिशन की होगी सेवन होगी, ठीक है जी। जी जी की तुम पोजिशन याद है, एफ ते एच दी ऑटोमेटिकली तुम याद हो ही जानी है, ठीक है। तो इसी तरह टी ट्वेंटी, ठीक है ना, आप मैचेस देखते हैं तो अपन ऑलमोस्ट सारे बच्चों को पता ही होंगे कि टी ट्वेंटी के मैचेस होंगे, ठीक है। जिसे तुम टी की पोजिशन ट्वेंटी याद रख लोगे तो तुम एस यू दी ऑलमोस्ट याद रह जाएगी। हम सू पता है कि पूरी एबीसी अल्फाबैट किन्ने होंगे ने, 26 अल्फाबैट होंगे ने, तो सू पता है कि लास्ट अल्फाबैट की होंगे जेड होंगे, ठीक है। जेड का की हो गया 26 हो गया, तो ऑलमोस्ट दो तीन दे तो याद हो ही जाएंगे। इस तरह कोई ट्रिक लगा के ना पोजिशन याद कर सकते हो। जी इनकेस पोजिशन याद नहीं भी होंगी तो क्वेश्चन रीजनिंग के क्वेश्चन अटैम्प्ट करने तो पहला नो मैटर कि हले सू पता नहीं है कि क्वेश्चन आए भी है कि नहीं, बट सब तो पहला की लिख लेना है, एबीसी लिख लेनी है, उन्होंने अल्फाबैट की पोजिशन लिख लेनी है। हम जिम्मे आप नाइन है, आई है, ठीक है। आई का की है, आई नू याद रख सकते आई नो, ठीक है। आप बोलते हैं ना आई नो, तो आई का की होगा नाइन होगा नौ, आई का नौ, वो तो याद रह जाएगा। एक पंजाब आईपीएल की टीम है किंग इलेवन, वो तो तुम याद रख सकते हो के का की होगा इलेवन, ठीक है। चलो नेक्स्ट स्टार्ट करते हैं आप अपने फर्स्ट क्वेश्चन तो। देखो तुम फर्स्ट क्वेश्चन देख रहे हैं, सीरीज है अल्फाबेट सीरीज ए जी सेवन पी एल पी एस, ठीक है ना। तुम की करना है, सब तो पहले देखना उन्होंने नंबरिंग कर लेनी है कि पोजिशन की है। सब तो पहला ए की पोजिशन किन्नी है सू याद ही है वन है, जी की पोजिशन सू याद है सेवन है, एल की पोजिशन सू याद है ट्वेल्व है, पी की पोजिशन सू याद है सिक्सटीन है, एस की पोजिशन सू याद है नाइनटीन है, ठीक है। सब तो पहला की करना है, कल तुम नंबर सीरीज की इतने हम थोड़ी जी नंबर सीरीज यूज करके देख सकते हो। देखो इन्होंने गैप किन्ने का, सिक्स का गैप है, फिर इन्होंने गैप किन्ने का, फाइव का गैप है, फिर इन्होंने फोर का, दैन थ्री का, दैन नैक्सट की होगा टू का, ठीक है। फिर दैट मीनस अगला अगले जो भी अल्फाबैट आएगा उसकी पोजिशन की होगी, उसकी पोजिशन होगी ट्वेंटी वन, ठीक है। तुम याद रखना कि ट्वेंटी वन पोजिशन कि यू की, सो अपना नैक्सट अल्फाबैट की होगा यू, ठीक है। सो अपना नैक्सट क्वेश्चन है जी, तो अपना नेक्स्ट क्वेश्चन है जी, सीरीज में ऑब्जर्व करो, ये थोड़ी की है डबल डबल तुम्हें अल्फाबैट दिते हुए हैं, तो तुम ए वाला इस पोजिशन से देखना है इतने केड़े दो अल्फाबैट्स आएंगे, ठीक है। हुण आपां देखांगे कि जो पहला ए जेड है, फिर क्या है अपने को जी जी टी आया, ठीक है। आपां देखांगे कि ए जेड तो बाद जी टी किस लॉजिक दे नाल आया, ठीक है। फिर जी टी तो बाद एम एन किस लॉजिक दे नाल आया, फर्स्टली आप इन्हों का लॉजिक ऑब्जर्व करांगे, फिर उस लॉजिक तो आप अपना जो आप फाइंड करना है वो फाइंड करांगे, ठीक है। फर्स्ट आप देखते हैं तो मैं क्या सी कि आप किन्नू प्रेफरेंस देनी है, आप प्रेफरेंस देनी है नंबर, इस दे विच किन्नू प्रेफरेंस देनी है नंबर सीरीज को। सब तो पहला ए दी पोजिशन लिख लो, ए दी पोजिशन किन्नी है सानू पता है वन पोजिशन होंगी है, जी दी सानू जी सेवन एक ऑर्गेनाइजेशन है ना उतो याद रहनी चाहिए, जी दी पोजिशन किन्नी होंगी है सेवन पोजिशन होंगी है, तो एम दी पोजिशन किन्नी होंगी है साडे कोल थर्टीन पोजिशन होंगी है, ठीक है। जे तुसी इत्थे देखना चाहते हो इत्थे भी लिख सकते हो वाई की पोजिशन किन्नी होंदी है फाइव होंदी है, ठीक है। दैन नैक्सट है, नैक्सट जेड की पोजिशन किन्नी होंदी है ट्वेंटी सैवन होंदी है, ठीक है। फिर टी की पोजिशन साडे कोल किन्नी होंदी है टी ट्वेंटी, मैचेस तो याद रखना है, ठीक है। फिर अपने कोल एम दी तुहानू पता सी ना कि थर्टीन होंदी है, एम तो नैक्सट की होंदा है एन होंदा, तो उहदी की होएगी फोर्टीन होएगी, ठीक है। तुसी इस नू हुण बहुत ज्यादा बस हुण इह सीरीज नू तुसी ऑब्जर्व करना है किवें, फिर ए दी वन सी, जी दी पोजिशन की है सेवन आई है, ठीक है। फर्स्ट फर्स्ट वाले जो अल्फाबैट है उन्होंने कंपेयर कर लो, ए दी वन है, जी दी सेवन है, विच किन्ने का गैप है सिक्स का गैप है, ठीक है। ए दा वन है, जी दा सेवन है, सो उन्होंने विच गैप किन्ने का सिक्स है। देन नेक्स्ट वाले च देख लो, जी ते एम दी पोजिशन च गैप किन्ने का सिक्स है, सो ए सिक्स का गैप आया, इन्हों के सिक्स का गैप आया, सो जो यदा फर्स्ट अल्फाबैट होगा भी किन्ने का गैप होगा सिक्स का गैप होगा, थर्टीन प्लस सिक्स किन्ने हो जाएंगे नाइनटीन। हम सू नाइनटीन की पोजिशन याद रही है कि होंगी है एस होंगी, क्योंकि टी की पोजिशन किन्नी होंगी टी ट्वेंटी, ठीक है। ट्वेंटी तो पहला की आंदा एस आंदा, एस की होगी नाइनटीन, पोजिशन की होगी नाइनटीन,
ਹੁਣ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਨੈਕਸਟ ਵਾਲਾ ਅਲਫਾਬੈਟ ਵੀ ਫਾਈਂਡ ਕਰ ਸਕਦੇ ਜਿਵੇਂ ਇਹਨਾਂ ਦੇ ਵਿੱਚ ਗੈਪ ਕਿੰਨੇ ਦਾ 5 ਦਾ ਗੈਪ ਹੈ 6 ਦਾ ਗੈਪ ਹੈ ਠੀਕ ਹੈ ਕਿ 6 ਘਟਦਾ ਜਾ ਰਿਹਾ ਡਿਕਰੀਜ਼ ਹੋ ਰਿਹਾ ਠੀਕ ਹੈ ਫਿਰ ਇਹਨਾਂ ਦੇ ਵਿੱਚ ਵੀ ਗੈਪ ਕਿੰਨੇ ਦਾ 6 ਦਾ ਹੁਣ 14 ਦੇ ਵਿੱਚੋਂ -6 ਕਰ ਦੋ ਤਾਂ ਤੁਹਾਡੇ ਕੋਲ ਕੀ ਆਏਗਾ 14 -6 ਆਪਣੇ ਕੋਲ 8 ਵਾਲਾ ਪੋਜੀਸ਼ਨ ਆਏਗੀ ਨਾ 8 ਪੋਜੀਸ਼ਨ ਕਿਹਦੀ ਹੁੰਦੀ ਹੈ H ਦੀ ਹੁੰਦੀ ਹੈ ਤੋਂ ਆਪਣੇ ਕੋਲ ਆਨਸਰ ਕੀ ਹੋ ਜਾਏਗਾ SH ਇਨ ਕੇਸ ਤੁਸੀਂ ਇੱਕ ਅਲਫਾਬੈਟ ਫਾਈਂਡ ਕਰ ਲੈਣਾ ਹੈ ਨਾ ਸਮ ਟਾਈਮ ਤੁਸੀਂ ਆਪਸ਼ਨ ਦੇ ਵਿੱਚ ਦੇਖਣ ਨੂੰ ਵੀ ਤੁਹਾਨੂੰ ਮਿਲ ਸਕਦਾ ਹੈ ਕਿ ਜਸਟ ਆਪਸ਼ਨ ਦੇ ਵਿੱਚ S ਸਿਰਫ ਇੱਕ ਜੋ ਕਪਲ ਹੁੰਦਾ ਹੈ ਸਿਰਫ S ਉਹ ਇੱਕ ਦੇ ਵਿੱਚ ਹੀ ਹੁੰਦਾ ਹੈ ਸੋ ਉੱਥੋਂ ਵੀ ਤੁਸੀਂ ਆਪਸ਼ਨ ਤੋਂ ਵੀ ਚੈੱਕ ਸਕਦੇ ਹੋ ਬਟ ਮੇਨ ਕੀ ਤੁਸੀਂ ਇਹੀ ਧਿਆਨ ਚ ਰੱਖਣੀ ਹੈ ਕਿ ਤੁਸੀਂ ਪੂਰਾ ਕੁਐਸਚਨ ਹੀ ਸੋਲਵ ਕਰਨ ਦੀ ਕੋਸ਼ਿਸ਼ ਕਰੋ ਸੋ ਆਪਣੇ ਨੈਕਸਟ ਕੁਐਸਚਨ ਹੈ ਜੀ ਬਹੁਤ ਧਿਆਨ ਦੇ ਨਾਲ ਦੇਖੋ ਤੁਸੀਂ ਸਭ ਤੋਂ ਪਹਿਲਾਂ ਸੀਰੀਜ਼ ਨੂੰ ਆਬਜ਼ਰਵ ਕਰ ਲਓ ਤੁਸੀਂ ਦੇਖ ਲਓ ਕਿ A ਹੈ ਫਿਰ B ਫਸਟਲੀ ਆਪਾਂ ਜਦੋਂ ਜ਼ਿਆਦਾ ਜਦੋਂ ਅਲਫਾਬੈਟ ਦਿੰਦੇ ਆ ਨਾ ਡਿਜਿਟ ਜੋ ਆਪਣੇ ਸੀਰੀਜ਼ ਦੇ ਵਿੱਚ ਜ਼ਿਆਦਾ ਅਲਫਾਬੈਟ ਦਿੱਤੇ ਹੁੰਦੇ ਆ ਸਭ ਤੋਂ ਤੁਸੀਂ ਪਹਿਲਾਂ ਕਿ ਫਸਟ ਨੂੰ ਫਸਟ ਵਾਲੇ ਨਾਲ ਕੰਪੇਅਰ ਕਰ ਲਓ ਸਾਰੇ ਨਾਲ ਫਿਰ ਸੈਕਿੰਡ ਨੂੰ ਸੈਕਿੰਡ ਵਾਲੇ ਨਾਲ ਕੰਪੇਅਰ ਕਰ ਲਓ ਥਰਡ ਨੂੰ ਥਰਡ ਵਾਲੇ ਨਾਲ ਕੰਪੇਅਰ ਕਰ ਲਓ ਠੀਕ ਹੈ ਤਾਂ ਤੁਸੀਂ ਪਹਿਲਾਂ ਦੇਖੋਗੇ ਸਭ ਤੋਂ ਪਹਿਲਾਂ ਤੁਸੀਂ ਪੋਜੀਸ਼ਨਸ ਹੀ ਨੋਟ ਕਰ ਲਓ A ਦੀ ਪੋਜੀਸ਼ਨ 1 A ਦੀ ਪੋਜੀਸ਼ਨ 1 Z ਦੀ ਪੋਜੀਸ਼ਨ 26 ਠੀਕ ਹੈ ਫਿਰ B ਦੀ ਪੋਜੀਸ਼ਨ ਕੀ ਹੁੰਦੀ ਹੈ 2 ਹੁੰਦੀ ਹੈ C ਦੀ ਪੋਜੀਸ਼ਨ 3 ਹੁੰਦੀ ਹੈ T ਦੀ ਪੋਜੀਸ਼ਨ ਕੀ ਹੁੰਦੀ ਹੈ 20 ਹੁੰਦੀ ਹੈ ਠੀਕ ਹੈ ਫਿਰ D ਦੀ ਪੋਜੀਸ਼ਨ ਤੁਹਾਡੇ ਕੋਲ ਕੀ ਆਏਗੀ 4 ਆਏਗੀ ਠੀਕ ਹੈ E ਦੀ ਪੋਜੀਸ਼ਨ 5 ਆਏਗੀ ਤੇ N ਦੀ ਪੋਜੀਸ਼ਨ ਤੁਹਾਡੇ ਕੋਲ ਕਿੰਨੀ ਆਏਗੀ 14 ਆਏਗੀ ਠੀਕ ਹੈ ਫਿਰ Z ਦੀ ਪੋਜੀਸ਼ਨ ਤੁਹਾਡੇ ਕੋਲ 7 ਆਏਗੀ 7 ਆਏਗੀ H ਦੀ ਪੋਜੀਸ਼ਨ ਤੁਹਾਡੇ ਕੋਲ ਕਿੰਨੀ ਆਏਗੀ 8 ਆਏਗੀ ਪੋਜੀਸ਼ਨ ਨੋਟ ਕਰ ਲਈਏ ਹੁਣ ਫਸਟ ਵਾਲੇ ਨੂੰ ਫਸਟ ਵਾਲੇ ਨਾਲ ਕੰਪੇਅਰ ਕਰ ਲਓ ਦੇਖ ਲਓ ਉਹਨਾਂ ਦੇ ਵਿੱਚ ਗੈਪ ਕਿੰਨੇ ਦਾ 1 ਦਾ ਗੈਪ ਹੈ ਫਿਰ ਨੈਕਸਟ 1 ਵਾਲਾ ਫਸਟ ਵਾਲੇ ਨਾਲ ਕੰਪੇਅਰ ਕਰ ਲਓ ਕਿੰਨੇ ਦਾ 2 ਦਾ ਗੈਪ ਹੈ ਫਿਰ ਨੈਕਸਟ ਵਾਲੇ ਨਾਲ ਕਰ ਲਓ ਕਿੰਨੇ ਦਾ ਗੈਪ ਹੈ 3 ਦਾ ਗੈਪ ਹੈ ਸੋ ਇੱਥੇ ਜੋ ਵੀ ਫਸਟ ਵਾਲਾ ਹੋਏਗਾ ਨਾ ਉਹਦੇ ਵਿੱਚ ਗੈਪ ਕਿੰਨਾ ਹੋਏਗਾ 4 ਦਾ ਗੈਪ ਹੋਏਗਾ 1 2 3 ਦੈਨ 4 ਹੁਣ 7 + 4 ਕਿੰਨਾ ਹੁੰਦਾ ਸਾਡੇ ਕੋਲ 11 ਹੁੰਦਾ ਹੈ 11 ਕਿੰਨਾ ਹੁੰਦਾ ਹੈ ਕਿੰਗਸ 11 ਠੀਕ ਹੈ ਤੋਂ ਆਪਣੇ ਕੋਲ K ਆ ਜਾਏਗਾ ਫਸਟ ਅਲਫਾਬੈਟ ਠੀਕ ਹੈ ਫਿਰ ਸੈਕਿੰਡ ਵਾਲੇ ਨੂੰ ਦੇਖ ਲਓ ਦੇਖੋ ਇਹਨਾਂ ਦੋਨਾਂ ਦੇ ਵਿੱਚ ਗੈਪ ਕਿੰਨੇ ਦਾ 2 ਦਾ ਗੈਪ ਹੈ ਫਿਰ ਇਹਨਾਂ ਦੇ ਵਿੱਚ ਕਿੰਨੇ ਦਾ ਸੈਕਿੰਡ ਨੂੰ ਸੈਕਿੰਡ ਵਾਲੇ ਨਾਲ 2 ਦਾ ਗੈਪ ਹੈ ਫਿਰ ਸੈਕਿੰਡ ਨੂੰ ਸੈਕਿੰਡ ਵਾਲੇ ਨਾਲ ਦੇਖ ਲਓ 2 ਦਾ ਗੈਪ ਹੈ ਹੁਣ ਨੈਕਸਟ ਵਾਲੇ 'ਚ ਵੀ ਕਿੰਨੇ ਦਾ ਗੈਪ ਹੋਏਗਾ 2 ਦਾ ਹੀ ਗੈਪ ਹੋਏਗਾ ਠੀਕ ਹੈ 7 + 2 ਕਿੰਨਾ ਹੁੰਦਾ ਸਾਡੇ ਕੋਲ 9 ਹੁੰਦਾ ਆਈ ਨੋ ਸੋ ਨੈਕਸਟ ਵਾਲਾ ਕਿਹੜਾ ਹੋਏਗਾ ਆਈ ਦੀ ਪੋਜੀਸ਼ਨ ਕਿੰਨੀ ਨੇ 9 ਆਈ ਨੋ ਠੀਕ ਹੈ ਫਿਰ ਹੁਣ ਥਰਡ ਵਾਲੇ ਨੂੰ ਥਰਡ ਵਾਲੇ ਨਾਲ ਕੰਪੇਅਰ ਕਰ ਲਓ ਹੁਣ ਦੇਖੋ ਜ਼ੈਡ ਜ਼ੈਡ ਦਾ ਪੋਜੀਸ਼ਨ ਕਿੰਨੀ ਹੁੰਦੀ ਹੈ 26 ਟੀ ਦੀ ਪੋਜੀਸ਼ਨ ਕਿੰਨੀ ਹੈ 20 ਦੋਨਾਂ ਦੇ ਵਿੱਚ ਗੈਪ ਕਿੰਨੇ ਦਾ 6 ਦਾ ਗੈਪ ਹੈ ਡਿਕਰੀਜ਼ ਹੋ ਰਿਹਾ ਘਟ ਰਿਹਾ ਠੀਕ ਹੈ 6 ਦਾ ਗੈਪ ਹੁਣ ਇਹਨਾਂ ਦੋਨਾਂ ਦੇ ਵਿੱਚ ਵੀ ਕਿੰਨੇ ਦਾ ਗੈਪ ਹੈ 6 ਦਾ ਗੈਪ ਹੈ ਨੈਕਸਟ ਵਾਲੇ ਵਿੱਚ ਵੀ 6 ਦਾ ਗੈਪ ਹੈ ਹੁਣ ਨੈਕਸਟ ਵਾਲੇ ਡਿਜਿਟਸ ਦੇ ਵਿੱਚ ਵੀ ਕੀ ਹੋਏਗਾ 6 ਦਾ ਗੈਪ ਹੋਏਗਾ ਠੀਕ ਹੈ ਹੁਣ ਇੱਥੇ 8 ਸੀ 8 ਦੇ ਵਿੱਚੋਂ ਮਾਈਨਸ ਕਰ ਦੋ 6 ਸਾਡੇ ਕੋਲ ਕਿੰਨੀ ਆਏਗੀ ਪੋਜੀਸ਼ਨ 7 ਹੁਣ ਸਾਨੂੰ ਪਤਾ ਹੈ ਕਿ ABC ਦੇ ਵਿੱਚ ਸੈਕਿੰਡ ਅਲਫਾਬੈਟ ਕਿਹੜਾ ਹੁੰਦਾ ਹੈ B ਹੁੰਦਾ ਸੋ ਆਪਣਾ ਆਨਸਰ ਕੀ ਹੋ ਜਾਏਗਾ K I B ਸੋ ਆਪਣਾ ਨੈਕਸਟ ਕੁਐਸਚਨ ਹੈ ਜੀ ਸੋ ਆਪਣਾ ਨੈਕਸਟ ਕੁਐਸਚਨ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਸੀਰੀਜ਼ ਦੇਖੋਗੇ ਸੀਰੀਜ਼ ਦੇ ਉੱਤੇ ਅਲਫਾਬੈਟ ਦੀ ਸਭ ਤੋਂ ਪਹਿਲਾਂ ਕੀ ਲਿਖੋਗੇ ਪੋਜੀਸ਼ਨ ਲਿਖੋਗੇ ਜਿਵੇਂ A ਦੀ ਪੋਜੀਸ਼ਨ ਕਿੰਨੀ ਹੋਏਗੀ 1 ਹੋਏਗੀ ਤੇ Y ਦੀ ਪੋਜੀਸ਼ਨ ਕਿੰਨੀ ਹੋਏਗੀ 25 ਹੋਏਗੀ D ਦੀ ਪੋਜੀਸ਼ਨ ਕਿੰਨੀ ਹੋਏਗੀ 4 ਪੋਜੀਸ਼ਨ ਹੋਏਗੀ ਠੀਕ ਹੈ B ਦੀ ਪੋਜੀਸ਼ਨ ਕਿੰਨੀ ਹੋਏਗੀ ਤੁਹਾਡੇ ਕੋਲ 2 ਪੋਜੀਸ਼ਨ ਹੋਏਗੀ Y B ਦੀ ਪੋਜੀਸ਼ਨ ਤੁਹਾਡੇ ਕੋਲ 22 ਹੋਏਗੀ ਤੇ F ਦੀ ਪੋਜੀਸ਼ਨ ਕੀ ਹੋਏਗੀ 6 ਹੋਏਗੀ ਠੀਕ ਹੈ ਫਿਰ ਇਸੇ ਤਰ੍ਹਾਂ D ਦੀ ਪੋਜੀਸ਼ਨ ਕਿੰਨੀ ਹੈ ਤੁਹਾਡੇ ਕੋਲ D ਦੀ ਪੋਜੀਸ਼ਨ ਕਿੰਨੀ ਹੈ ਤੁਹਾਡੇ ਕੋਲ 4 ਹੈ ਤੇ R ਦੀ ਪੋਜੀਸ਼ਨ ਜਿਵੇਂ T ਦੀ ਤੁਹਾਨੂੰ ਯਾਦ ਹੈ ਕਿ T 20 ਹੁੰਦਾ ਹੈ S ਦੀ ਹੋਏਗੀ 19 ਹੋਏਗੀ ਤੇ R ਦੀ ਕਿੰਨੀ ਹੋਏਗੀ 18 ਹੋਏਗੀ ਇਸੇ ਤਰ੍ਹਾਂ H ਹੈ H ਦੀ ਸ਼ੇਪ ਥੋੜੀ ਤੁਹਾਨੂੰ 8 ਵਰਗੀ ਲੱਗਦੀ ਹੈ ਨਾ ਇੱਥੋਂ ਵੀ ਯਾਦ ਰੱਖ ਸਕਦੇ ਹੋ ਕਿ H ਦੀ ਪੋਜੀਸ਼ਨ ਕਿੰਨੀ ਹੋਗੀ 8 ਪੋਜੀਸ਼ਨ ਹੋਏਗੀ ਠੀਕ ਹੈ ਇਸੇ ਤਰ੍ਹਾਂ K ਦੀ ਪੋਜੀਸ਼ਨ ਹੈ K ਦੀ ਪੋਜੀਸ਼ਨ ਦੇ ਉੱਤੇ ਤੁਹਾਨੂੰ ਯਾਦ ਰਹਿ ਸਕਦੀ ਹੈ K 11 ਟੀਮ ਹੈ 11 ਪੋਜੀਸ਼ਨ ਹੋਏਗੀ ਕਿੰਗਸ 11 ਠੀਕ ਹੈ ਪੰਜਾਬ ਦੀ ਟੀਮ ਹੈ IPL ਦੇ ਵਿੱਚ ਤੇ G ਦੀ ਪੋਜੀਸ਼ਨ G7 ਆਰਗੇਨਾਈਜੇਸ਼ਨ ਤੋਂ ਯਾਦ ਰੱਖ ਸਕਦੇ ਹੋ ਤੁਸੀਂ ਤੇ ਇਸੇ ਤਰ੍ਹਾਂ ਜਿਵੇਂ ਤੁਹਾਨੂੰ K ਦੀ J K ਦੀ 11 ਹੈ ਤੇ L ਦੀ ਤੁਹਾਨੂੰ ਆਟੋਮੈਟਿਕਲੀ ਯਾਦ ਹੋ ਜਾਏਗੀ ਕਿੰਨੀ ਹੋਏਗੀ ਪੋਜੀਸ਼ਨ 12 ਪੋਜੀਸ਼ਨ ਹੋਏਗੀ ਠੀਕ ਹੈ ਸਭ ਤੋਂ ਪਹਿਲਾਂ ਪੋਜੀਸ਼ਨਸ ਨੋਟ ਕਰ ਲਈਏ ਫਿਰ ਤੁਸੀਂ ਦੇਖਣਾ ਹੈ ਫਿਰ ਫਰਸਟ ਅਲਫਾਬੈਟ ਨੂੰ ਫਰਸਟ ਵਾਲੇ ਅਲਫਾਬੈਟ ਨਾਲ ਕੰਪੇਅਰ ਕਰ ਲਓ A ਦੀ ਪੋਜੀਸ਼ਨ 1 ਸੀ A ਦੀ ਪੋਜੀਸ਼ਨ 2 ਹੈ ਦੋਨਾਂ ਦੇ ਵਿੱਚ ਗੈਪ ਕਿੰਨੇ ਦਾ 1 ਦਾ ਗੈਪ ਹੈ ਠੀਕ ਹੈ ਫਿਰ ਫਰਸਟ ਅਲਫਾਬੈਟ ਨੂੰ ਨੈਕਸਟ ਵਾਲੇ ਅਲਫਾਬੈਟ ਫਰਸਟ ਅਲਫਾਬੈਟ ਨਾਲ ਕੰਪੇਅਰ ਕਰ ਲਓ A ਦੀ ਪੋਜੀਸ਼ਨ ਕਿੰਨੀ ਹੈ 2 ਹੈ A ਦੀ ਪੋਜੀਸ਼ਨ ਕਿੰਨੀ ਹੈ 4 ਹੈ ਦੋਨਾਂ ਦੇ ਵਿੱਚ ਗੈਪ ਕਿੰਨੇ ਦਾ 2 ਦਾ ਗੈਪ ਹੈ ਠੀਕ ਹੈ ਤੁਸੀਂ ਅਬਜ਼ਰਵ ਕਰੋ ਕਿ ਗੈਪ ਹੈ ਜੋ ਇਨਕਰੀਜ਼ ਹੋ ਰਿਹਾ ਹੈ ਪਹਿਲੇ ਵਾਲੇ ਚ 1
गैप है, सेकंड वाले च टू का गैप है, ऑटोमैटिकली नेक्स्ट वाले दे विच गैप किन्ने दा होएगा, तीन दा होएगा, तीन दा होएगा ना, फोर प्लस थ्री किन्ना होएगा सैवन, ते सैवन ते पोजिशन किहदी हुंदी है, जी दी पोजिशन हुंदी है सैवन, जी सैवन ऑर्गेनाइजेशन दा नाम है, सो उत्थों याद रख सकदे हो। हुण तुसीं इत्थे देखो कि वाई दी पोजिशन 25 है, सैकंड वाले अल्फाबैट नूं सैकंड वाले ही अल्फाबैट नाल कंपेयर करो, तां तुसीं देखो इन्हां दे विच गैप किन्ने दा आ रहा है, थ्री दा गैप आ रहा है। फिर नेक्स्ट वाले दे विच तुसी गैप देखो, ऑब्जर्व करो किन्ने दा आ रहा है, फोर दा गैप आ रहा है। तुसी देखो कि गैप की कर रहे हैं, इंक्रीज कर रहे हैं, ठीक है। सो दैट मीन्स इन्हां दे विच भी गैप की होएगा, इंक्रीज होएगा, गैप किन्ने दा आएगा, फाइव दा आएगा। हुण देखो जो ना पहला 25 सी फिर 22 सी, की हो रहा है, डिक्रीज हो रहा है, ठीक है, घट रहा है। हुण 22 तो गया 18, हुण 18 दे विचों माइनस 5 होणगे ना कि प्लस 5 होएगा, जो तो माइनस करोगे कितना आएगा, 13 आएगा। सानू पता है कि 13 पोजीशन किदी हुंदी है, एम दी पोजीशन हुंदी है, ठीक है। फिर नेक्स्ट वाला देख लो, डी दी, फिर थर्ड वाले अल्फाबेट नु थर्ड वाले अल्फाबेट नाल ही कंपेयर कर लो। ए दी पोजीशन 4 है, ए दी 6 है, डिफरेंस किन्ने दा 2 दा डिफरेंस है, ठीक है। नेक्स्ट वाले दा देख लो किन्ने दा डिफरेंस है, 2 दा, जो डिफरेंस है वो सिमिलरली वेरी कर रहा है, ठीक है, किवें 2 2, ठीक है। हुण नेक्स्ट वाले जो अल्फाबेट है वो भी डिफरेंस किन्ने दा होएगा, 2 दा होएगा, बट इत्थे की होएगा, ऐड होएगा, क्योंकि 4 सी, 4 तो 6 गया, 6 तो 8 आया, 8 तो क्या है 10 आना है, 10 पोजीशन किहदी हुंदी है, जे दी पोजीशन हुंदी है। सो अपने कोल आंसर किन्ना आ गया, जी एम जे। सो अपने नेक्स्ट क्वेश्चन है जी, सो अपने नेक्स्ट क्वेश्चन है जी, सब तो पहले की सीरीज दे जो भी अल्फाबेट है तुसी उन्हां दी पोजीशंस नोट करोगे। ए दी पोजीशन किन्नी हुंदी है, 1 पोजीशन हुंदी है, सी दी पोजीशन किन्नी हुंदी है, 3 पोजीशन हुंदी है, ते जी दी पोजीशन किन्नी हुंदी है, सानू याद है कि 7 पोजीशन हुंदी है, ठीक है। फिर नेक्स्ट तुसी देखोगे डी दी पोजीशन किन्नी हुंदी है, 4 हुंदी है, एफ दी पोजीशन किन्नी हुंदी है, 6 पोजीशन हुंदी है, ठीक है, ते जे दी पोजीशन किन्नी हुंदी है, 10 पोजीशन हुंदी है, ठीक है। इसे तरह तुसी जी दी देखोगे 7 पोजीशन हुंदी है, आई दी आई नो मतलब कि 9 पोजीशन होएगी, ते एम दी पोजीशन की होएगी, 13 पोजीशन होएगी, ठीक है। फिर तुसी फर्स्ट वाले अल्फाबेट नु फर्स्ट वाले ही अल्फाबेट नाल कंपेयर करोगे, ते तुसी देखोगे इन्हां दी पोजीशन दे विच किन्ने दा गैप है, 3 है, इहदी 1 है, ते पोजीशन दा गैप किन्ना, 2, ठीक है। इत्थों 2 दा गैप आ रहा, ते इत्थे किन्ना आ रहा, तुसी इत्थे देखो इत्थे आ रहा 7 आ रहा, दैट मीन्स इत्थे जे 2 दा गैप है, ਇਹਨਾਂ ਦੇ ਵਿੱਚ ਵੀ ਕਿੰਨੇ ਦਾ ਗੈਪ ਹੋਏਗਾ, ਜੋ ਇਹਦਾ ਫਸਟ ਅਲਫਾਬੈਟ ਹੋਏਗਾ ਉਹਦੇ ਵੀ 2 ਦਾ ਗੈਪ ਹੋਏਗਾ, ਤੇ ਇਹਨਾਂ ਦੇ ਵਿੱਚ ਵੀ ਕਿੰਨੇ ਦਾ ਹੋਏਗਾ, 2 ਦਾ ਹੀ ਗੈਪ ਹੋਏਗਾ, ਠੀਕ ਹੈ। ਤੁਸੀਂ ਐਵੇਂ ਦੇਖ ਸਕਦੇ ਹੋ, ਐਵੇਂ ਅਬਜ਼ਰਵ ਕਰਨਾ ਚਾਹੁੰਦੇ ਐਵੇਂ ਅਬਜ਼ਰਵ ਕਰ ਸਕਦੇ ਹੋ, ਅਦਰਵਾਈਜ਼ ਤੁਸੀਂ ਦੇਖੋ ਕਿ ਜੋ A ਦਾ ਹੈ ਪੋਜੀਸ਼ਨ ਕਿੰਨੀ ਹੈ, 1 ਹੈ, C ਦੀ ਪੋਜੀਸ਼ਨ ਕਿੰਨੀ ਹੈ, 3 ਹੈ, ਤੇ 7 J ਦੀ ਪੋਜੀਸ਼ਨ ਕਿੰਨੀ ਹੈ, 7 ਹੈ, ਦੈਟ ਮੀਨਸ 1 3 7 ਹੈ। ਤੁਸੀਂ ਅਬਜ਼ਰਵ ਕਰੋ ਕੁਝ ਆਡ ਨੰਬਰ ਨਹੀਂ ਚੱਲ ਰਹੇ ਹੈਗੇ, 1 3 7, ਤਾਂ ਨੈਕਸਟ ਵਿੱਚ ਆਡ ਨੰਬਰ ਕਿਹੜਾ ਰਹੇਗਾ, 5 ਆਏਗਾ ਨਾ, ਬਟ 5 ਦੀ ਪੋਜੀਸ਼ਨ ਸਾਨੂੰ ਪਤਾ ਕਿੰਨੀ ਹੁੰਦੀ ਹੈ, E ਹੁੰਦੀ ਹੈ, 5 ਕੀ ਦੀ ਪੋਜੀਸ਼ਨ ਹੁੰਦੀ ਹੈ, E ਵਾਲੇ ਅਲਫਾਬੈਟ ਦੀ ਹੁੰਦੀ ਹੈ। ਸੋ ਆਪਾਂ ਨੈਕਸਟ ਵਾਲਾ ਅਬਜ਼ਰਵ ਕਰਦੇ ਹਾਂ, ਹੁਣ ਦੇਖੋ 4 ਹੈ, D ਦੀ ਪੋਜੀਸ਼ਨ 4 ਹੈ, F ਦੀ ਪੋਜੀਸ਼ਨ 6 ਹੈ, ਦੈਨ J ਦੀ ਪੋਜੀਸ਼ਨ ਕੀ ਹੈ, 10, ਤਾਂ ਤੁਸੀਂ ਇੱਥੇ ਅਬਜ਼ਰਵ ਕਰੋ ਥੋੜਾ ਈਵਨ ਨੰਬਰ ਵਾਲਾ ਚੱਲ ਰਿਹਾ ਹੈ, 2 6, ਦੈਨ ਕੀ ਆਏਗਾ, 8 ਆਏਗਾ ਨਾ, 8 ਦੀ ਪੋਜੀਸ਼ਨ ਸਾਨੂੰ ਪਤਾ ਕਿੰਨੀ ਹੁੰਦੀ ਹੈ, H ਹੁੰਦੀ ਹੈ, ਠੀਕ ਹੈ। ਹੁਣ ਨੈਕਸਟ ਵਾਲਾ ਦੇਖੋ, ਹੁਣ ਦੇਖੋ ਇੱਥੇ ਅਬਜ਼ਰਵ ਕਰੋ, ਇਹਦੀ 7 ਹੈ, ਇਹਦੀ 9 ਹੈ, ਤੇ ਇਹਦੀ ਕਿੰਨੀ ਹੈ, 13, ਦੈਟ ਮੀਨਸ ਜੋ ਇੱਥੇ ਅਲਫਾਬੈਟ ਆਏਗਾ ਉਹਦੀ ਪੋਜੀਸ਼ਨ 11 ਹੋਏਗੀ ਨਾ, 7 9 11, ਦੈਨ 13, ਫਿਰ ਇੱਕ ਸੀਕੁਐਂਸ ਬਣ ਗਈ ਹੈ ਨਾ, ਤੇ 11 ਕਿਹਦੀ ਪੋਜੀਸ਼ਨ, ਕਿਹੜੇ ਅਲਫਾਬੈਟ ਦੀ ਪੋਜੀਸ਼ਨ ਹੈ, K, ਸੋ ਆਪਣਾ ਆਂਸਰ ਕੀ ਹੋਏਗਾ, E H K। ਸੋ ਆਪਣਾ ਨੈਕਸਟ ਕੁਐਸਚਨ ਹੈ ਜੀ, ਸੋ ਆਪਣਾ ਨੈਕਸਟ ਸੀਰੀਜ਼ ਹੈ ਜੀ, ਇਹਨੂੰ ਥੋੜਾ ਅਬਜ਼ਰਵ ਕਰੋ ਵਿਦਆਊਟ ਤੁਸੀਂ ਨੰਬਰ ਨੰਬਰ ਇਹਦੀ ਪੋਜੀਸ਼ਨਸ ਲਿਖੇ ਤੋਂ ਬਿਨਾ ਵੀ ਇਹਨੂੰ ਕੁਐਸਚਨ ਨੂੰ ਸੋਲਵ ਕਰ ਸਕਦੇ ਹੋ। ਤੁਸੀਂ ਕੀ ਕਰੋਗੇ, ਸਭ ਤੋਂ ਪਹਿਲਾਂ ਸੀਰੀਜ਼ ਨੂੰ ਅਬਜ਼ਰਵ ਕਰੋਗੇ, ਜਿਵੇਂ ਕਿ ਤੁਸੀਂ ਦੇਖੋਗੇ ਕਿ ਫਰਸਟ ਵਾਲਾ ਜੋ ਸਾਨੂੰ ਅਲਫਾਬੈਟਸ ਦਿੱਤੇ ਹੋਏ ਨੇ ਉਹ ਕਿਵੇਂ ਦਿੱਤੇ ਹੋਏ ਨੇ, D E F G, ਸੀਕੁਐਂਸ ਵਾਈਜ਼ ਦਿੱਤੇ ਹੋਏ ਨੇ ਨਾ। ਫਿਰ ਨੈਕਸਟ ਵਾਲਾ ਦੇਖੋ, ਫਿਰ ਆਪਣੇ ਕੋਲ E F G J, ਦੈਟ ਮੀਨ ਤੁਸੀਂ ਨੋਟਿਸ ਕਰੋਗੇ, ਇੱਕ ਚੀਜ਼ ਨੋਟਿਸ ਕਰੋ ਕਿ ਇੱਥੋਂ ਸਟਾਰਟ ਹੋਈ ਹੈ ਨੈਕਸਟ ਵਾਲੀ ਸੀਰੀਜ਼, E F G ਸਿਮਿਲਰਲੀ ਆ ਗਈ, ਦੈਨ ਆਪਣੇ ਕੋਲ ਕੀ ਹੈ, J, ਦੈਟ ਮੀਨਸ ਕੀ ਹੋਇਆ, J ਤੋਂ ਬਾਅਦ ਕਿਹੜੇ ਕਿਹੜੇ ਅਲਫਾਬੈਟ ਆਉਂਦੇ ਹਨ, G H I, ਉਹਨਾਂ ਦੋਨਾਂ ਨੂੰ ਛੱਡਤਾ ਤੇ ਆਪਣੇ ਕੋਲ ਆਪਾਂ ਕੀ ਲਿਖ ਲਿਆ, J ਆ ਗਿਆ। ਫਿਰ ਨੈਕਸਟ ਵਾਲੀ ਸੀਰੀਜ਼ ਨੂੰ ਅਬਜ਼ਰਵ, ਨੈਕਸਟ ਵਾਲੇ ਅਲਫਾਬੈਟਸ ਨੂੰ ਅਬਜ਼ਰਵ ਕਰੋ ਤੁਸੀਂ,
जो सीरीज है कितों स्टार्ट होएगी, एफ तो स्टार्ट होएगी, ठीक है, एफ तो, एफ जी जे, फिर देखो फिर नेक्स्ट वाला की है एम आई है, हम जे दे विच दो अल्फाबेट में छाड़ के नेक्स्ट वाला अल्फाबेट आया एम, ठीक है ना, केड़े केड़े छड़े है के ते एल, फिर एक अपने को किया गया एम, हम नेक्स्ट वाले देखो, नेक्स्ट वाले जो अल्फाबेट्स ने हम एफ तो स्टार्ट होंगे, ठीक है, जी जे एम, उसी तरह दो अल्फाबेट्स में छड़ के अपने को किया गया पी आ गया। हम अपना जो अपना फाइंड करने नेक्स्ट वाले अल्फाबेट से अपन कितने स्टार्ट करेंगे, जे तो स्टार्ट किते एम पी, पी ते बिच दो नेक्स्ट वाले अल्फाबेट छड़ के अपने को किया आएगा जे पी ओ पी क्यू आर, तो अपने को नेक्स्ट वाला क्या होएगा एस होएगा, तो अपना आंसर किए जे एम पी एस। सो अपने नेक्स्ट क्वेश्चन है जी, सो अपने नेक्स्ट क्वेश्चन है जी, तुसे की करना है सीरीज है, सब तो पहला तुसे की करोगे सीरीज दे जो भी अल्फाबेट्स ने ना उन्हां दी पोजीशन नोट कर लो, जिवें सब तो पहला की बी है, बी की पोजीशन किन्नी है सानू पता है टू होंदी है, जेड दी पोजीशन किन्नी होंदी है 26 होंदी है, ते ए दी पोजीशन किन्नी होंदी है 1 होंदी है, ठीक है, फिर डी है, डी दी पोजीशन किन्नी है 4 होंदी है, ते अपने कोल ए दी पोजीशन किन्नी होंदी है 25 होंदी है, ते सी दी पोजीशन किन्नी होंदी है 3 पोजीशन होंदी है, ठीक है, फिर उसी तरह आपां एफ एफ नू देख लांगे, एफ दी पोजीशन किन्नी होंदी है 6 होंदी है, एक्स दी पोजीशन की होंदी है अपने कोल 24 होंदी है, ते ई दी पोजीशन साडे कोल किन्नी होंदी है 5 पोजीशन होंदी है, ठीक है, उसी तरह जे दी पोजीशन किन्नी होंदी है 10 होंदी है, ठीक है, अपने कोल वी दी पोजीशन 22 होंदी है, ते आई दी पोजीशन 9 होंदी है, ठीक है, पोजीशंस नू नोट कर लिया, गैप भी ना देखो जस्ट सीधा देख लो कि 2 है, 2 तो बाद की आ रहा है 4 आ रहा है, 4 तो बाद 6 आ रहा है, 2 2 ऐड हो रहे हैं, तो नेक्स्ट च किन्ना होएगा 2 ऐड हो जाएंगे 8 आएगा, 8 किसी पोजीशन होंगी है, एच की पोजीशन होंगी है, ठीक है, फिर नेक्स्ट देख लो 25 26 है, फिर नेक्स्ट की आ रहा है 25 आ रहा है, 25 तो बाद की आ रहा है 24 आ रहा है, दैट मीन्स नेक्स्ट वाला की होएगा 23 होएगा, तो 23 केड़े अल्फाबेट की पोजीशन होंगी है, डब्ल्यू अल्फाबेट की पोजीशन किन्नी होंगी है 23 होंगी है, फिर नेक्स्ट वाला देखो ए की पोजीशन किन्नी आ रही है 1 आ रही है, फिर देन 3 है, फिर 5 है, फिर तुम ऑब्जर्व करो फिर कि आ रहा है 9 आ रहा है, तुम देख रहे हो कि चल रहा है ऑड सीरीज चल रही है 1 3 5 देन क्या आएगा 7 देन 9 आएगा, 7 की पोजीशन होंगी है G7 ऑर्गेनाइजेशन, तो याद रखो जी, सो अपना आंसर कि आएगा एच डब्ल्यू जी। सो अपना नेक्स्ट क्वेश्चन है जी, तो इस सीरीज के भी सब तो पहला तुम की करोगे पोजिशन लिख लोगे सारे अल्फाबेट्स दिया, जिवें तुम देखोगे कि डबल्यू है, ठीक है, डबल्यू की पोजिशन सानू पता है किन्नी होंगी है 23 होंगी है, ठीक है, फिर टी की पोजिशन लिख लो, टी की पोजिशन किन्नी होंगी है 20 होंगी है, फिर क्यू की पोजिशन लिख लो कि क्यू की पोजिशन किन्नी होंगी है, सानू मैनू याद नहीं क्यों क्यू की पोजिशन किन्नी होंगी 17 पोजिशन होंगी है, किन्नी होंगी है 17, ठीक है, सो अपना नेक्स्ट आप देख लो कि एफ एफ की पोजिशन किन्नी होगी, एफ की पोजिशन होगी 6 पोजिशन होगी, ठीक है, जी की पोजिशन किन्नी होगी 7 पोजिशन होगी, एच की पोजिशन किन्नी होगी 8 पोजीशन होगी, ठीक है, उसी तरह तुसी बी की पोजीशन लिख लो, बी की पोजीशन किन्नी होगी 2 पोजीशन होगी, डी की पोजीशन किन्नी होगी 4th होगी, ते जी की पोजीशन किन्नी होगी 7 होगी, ठीक है, हुण तुसी की करोगे हुण इहनां दी पोजीशन च डिफरेंस देखोगे किवें, जिवें जो फर्स्ट अल्फाबेट है, ठीक है, फर्स्ट अल्फाबेट नूं फर्स्ट अल्फाबेट नाल ही कंपेयर करना, तुसी देखोगे कि इहनां दोनों दे विच डिफरेंस किन्ने दा आ रहा है 3 दा डिफरेंस आ रहा है, ते डिफरेंस की हो रहा है घटदा जा रहा है, सीरीज की हो रही है डिक्रीज हो रही है, ठीक है, फिर नेक्स्ट वाले च देखो 3 का डिफरेंस है 17 हो गया, सो नेक्स्ट जो अपना अल्फाबेट आएगा ओदे च भी डिफरेंस किन्ने होगा, किन्ने दा होएगा 3 का डिफरेंस होएगा, ठीक है, 17 माइनस 3 तो अपने कोल किन्ना आ जाएगा 14 आएगा, हुण सानू पता है कि 14 की पोजिशन होंगी है एन अल्फाबेट की पोजिशन किन्नी होंगी है 14 होंगी है, सो अपन सेकंड अल्फाबेट नू सेकंड अल्फाबेट नाल कंपेयर करांगे, 6 तो की आ रहा है 7 आ रहा है 1 दा गैप है, 7 तो की आ रहा है 8 1 दा गैप है, सो नेक्स्ट वाला की होएगा 9 तो होएगा 9 दी पोजीशन, 9 पोजीशन केड़े अल्फाबेट दी होंदी है आई नो, दैट मीन्स की दी होंदी है आई, सो हम पर लास्ट वाला अल्फाबेट कंपेयर करांगे, जिवें बी है बी नू लास्ट वाले ही अल्फाबेट नाल कंपेयर करांगे, बी दी पोजीशन किन्नी है 2 है, ते डी दी पोजीशन किन्नी है 4, दोनों च डिफरेंस किन्ने दा 2 दा डिफरेंस आ रहा है, सो नेक्स्ट वाला देखो जी दी पोजीशन किन्नी है 7, डी दी पोजीशन किन्नी है 4, ते डिफरेंस किन्ने दा आ रहा है 3 दा, सो हुण तुसी देखोगे जो डिफरेंस है इनक्रीज कर रहे हैं 2 3, ठीक है, इन्हां दे विच भी डिफरेंस किन्ना 1 दा, ते नेक्स्ट वाले च डिफरेंस किन्ने दा होएगा 4 दा होएगा ना,
ते डिफरेंस की हो रहा है बी टू है फोर है इंक्रीज हो रहे हैं ना तो फिर सेवन दे विच फोर ऐड किते दे कितना होता है इलेवन होता है सानू पता है कि इलेवन पोजिशन केड़े अल्फाबेट दी होंदी है के दी किंग से इलेवन टिंग तो याद रखना है कि के दी पोजिशन कितनी होंदी इलेवन सो अपना आंसर है जी एन आई के सो अपने नेक्स्ट क्वेश्चन है जी इन्हू तुसी ऑब्जर्व करो सीरीज सेवन दी भी आ सकती है अल्फाबेट सीरीज इस क्वेश्चन दे विच की करना है ठीक है थोड़ा इन्हू अल्फा न्यूमेरिक सीरीज कहते हैं की कहते हैं अल्फा न्यूमेरिक सीरीज जिवे अल्फाबेट होंगे ने ना उवे अल्फा न्यूमेरिक सीरीज के विच की न्यूमेरिकल फॉर्म्स भी आ जाएंगे ठीक है हुन इन्हू तुसी किवें सॉल्व करना है तुसी एज इट इज सेम कुछ भी चेंज नहीं करना तुसी की करोगे जो अल्फाबेट दिते हुए ने उन्हां दी पोजिशन नोट कर लोगे जिवे हुण 23 है एस दी पोजिशन किन्नी होंदी है 19 होंदी है इसे तरह क्यू दी पोजिशन किन्नी होंदी है 17 होंदी है ते ओ दी पोजिशन किन्नी होंदी है 15 होंदी है ठीक है हुण इन्हू आपां दो वेज नाल करके देखांगे जिवें देखो इतने 20 पोजिशन 23 पोजिशन लिखी उरे देखो 19 पोजिशन लिखी है उरे की लिखी 17 उरे की लिखी 15 तुसी ऑब्जर्व करो ये केड़ा नंबर्स जा रहे ने ऑड नंबर्स जा रहे ने केड़े नंबर्स जा रहे ने ऑड नंबर्स जा रहे ने सो तुसी ऑब्जर्व करोगे कि 23 है 23 तो पिछे वाला ऑड नंबर की होगा 21 होगा ना 21 तो तुम्हें याद होना चाहिए कि 21 केड़े अल्फाबेट का की है केड़े अल्फाबेट का न्यूमेरिक वैल्यू है ਜਾਂ ਫਿਰ ਕਿਹੜੇ ਅਲਫਾਬੈਟ ਦੀ ਪੋਜੀਸ਼ਨ ਹੈ ਠੀਕ ਹੈ ਸਾਨੂੰ ਪਤਾ ਹੈ ਕਿ 21 ਨੰਬਰ ਤੇ ਕਿਹੜਾ ਅਲਫਾਬੈਟ ਹੁੰਦਾ ਹੈ ਯੂ ਹੁੰਦਾ ਹੈ ਠੀਕ ਹੈ ਉਸੇ ਤਰ੍ਹਾਂ ਤੁਸੀਂ ਫਿਰ ਇਹਨੂੰ ਆਬਜ਼ਰਵ ਕਰ ਸਕਦੇ ਹੋ ਜਿਵੇਂ ਇਹ ਕਿਹਦਾ ਸਕੁਅਰ ਹੈ ਜੇ ਤੁਹਾਨੂੰ ਸਕੁਅਰਸ ਯਾਦ ਨੇ ਠੀਕ ਹੈ ਕਿਹਦਾ ਸਕੁਅਰ ਹੈ ਇਹ 12 ਦਾ ਸਕੁਅਰ ਹੈ ਇਹ ਕਿਹਦਾ ਸਕੁਅਰ ਹੈ 10 ਦਾ ਸਕੁਅਰ ਹੈ ਇਹ ਕਿਹਦਾ 9 ਦਾ ਤੇ ਇਹ ਕਿਹਦਾ ਸਕੁਅਰ ਹੈ 8 ਦਾ ਤੁਸੀਂ ਆਬਜ਼ਰਵ ਕਰੋ ਜੇ ਉਰੇ 12 ਹੈ ਉਰੇ 10 ਹੈ ਦੈਟ ਮੀਨਸ ਉਰੇ ਕੀ ਆਏਗਾ 11 ਆਏਗਾ ਠੀਕ ਹੈ 11 ਦਾ ਸਕੁਅਰ 11 ਦਾ ਸਕੁਅਰ ਕੀ ਹੈ ਤੁਹਾਨੂੰ ਯਾਦ ਹੋਣਾ ਚਾਹੀਦਾ 121 ਠੀਕ ਹੈ ਇਹ ਕੇਸ ਵੇ ਨਾ ਸੈਕਿੰਡ ਜੇ ਤੁਸੀਂ ਇਹਦੇ ਆ ਦੇਖਣੇ ਤੁਹਾਨੂੰ ਨਹੀਂ ਯਾਦ ਇਨ ਕੇਸ ਤੁਹਾਨੂੰ ਨਹੀਂ ਪਤਾ ਕਿ ਇਹ ਕਿਹਦਾ ਸਕੁਅਰ ਹੈ ਤੁਸੀਂ ਦੇਖ ਸਕਦੇ ਹੋ ਇਹ ਕਿਵੇਂ ਕੀਤਾ ਹੋ ਸਕਦਾ ਜਿਵੇਂ 23 ਹੈ ਠੀਕ ਹੈ 23 ਦੇ ਵਿੱਚ 1 ਐਡ ਕੀਤਾ ਉਹਨੂੰ ਡਿਵਾਈਡ ਕਰਤਾ 2 ਨਾਲ ਠੀਕ ਹੈ ਦੇਖੋ 23 ਪਲੱਸ ਕਿੰਨਾ ਆਏਗਾ 24 24 ਡਿਵਾਈਡ ਬਾਈ 2 12 12 ਦਾ ਸਕੁਅਰ ਕੀਤਾ 24 एस इज सेम एस इज 19 प्लस 1 अपॉन 2 20 अपॉन 2 10 10 दी स्क्वायर की होएगा 100 वैसे तुसी स्क्वायर्स तुसी जदो मैथ्स करोगे तुसी स्क्वायर्स याद ही करोगे सो दैट मींस इदा क्वेश्चन दा आंसर की होएगा सानु पता सी कि 21 पोजीशन किदी हो जाएगी यू अल्फाबेट दी हो जाएगी ते जे उरे 12 दा स्क्वायर है उरे 10 दा उरे 9 है उरे 8 है तो उरे स्क्वायर किदा आएगा 11 दा स्क्वायर 11 ਦਾ ਸਕੁਅਰ ਕਿੰਨਾ ਹੁੰਦਾ 121 ਸੋ ਆਪਣਾ ਆਨਸਰ ਹੈ ਯੂ 121 ਸੋ ਆਪਣਾ ਨੈਕਸਟ ਕੁਐਸਚਨ ਹੈ ਜੀ ਇਹ ਵੀ ਸੇਮ ਥੋੜਾ ਪ੍ਰੀਵੀਅਸ ਵਨ ਵਰਗਾ ਹੀ ਹੈ ਥੋੜਾ ਜਿਹਾ ਆਬਜ਼ਰਵ ਕਰੋ ਤੁਸੀਂ ਇਹਨੂੰ ਦੇਖੋਗੇ ਸਭ ਤੋਂ ਪਹਿਲਾਂ ਤੁਸੀਂ ਆਬਜ਼ਰਵ ਕਰੋਗੇ ਕਿ ਫਰਸਟ ਵਾਲੇ ਜੋ ਵੀ ਨੰਬਰ ਹੈ ਜਾਂ ਅਲਫਾਬੈਟ ਹੈ ਨਾ ਫਰਸਟ ਵਾਲੇ ਨਾਲ ਕੰਪੇਅਰ ਕਰੋ ਨੈਕਸਟ ਵਾਲੇ ਦੇ ਫਰਸਟ ਨਾਲ ਤੁਸੀਂ ਦੇਖੋ ਇਹ 2 ਹੈ ਦੈਨ 4 ਹੈ ਦੈਨ ਕੀ ਹੈ 12 ਹੈ ਹੁਣ ਇਹ ਡਿਫਰੈਂਸ ਦੇਖਣ ਦੀ ਲੋੜ ਨਹੀਂ ਹੈ ਤੁਸੀਂ ਸਿੱਧਾ ਦੇਖ ਲਓ ਕਿ 2 ਇੰਟੂ 2 4 ਹੋ ਰਿਹਾ ਠੀਕ ਹੈ 4 ਇੰਟੂ 3 ਕਿੰਨਾ ਹੋ ਰਿਹਾ 12 ਹੋ ਰਿਹਾ ਮਤਲਬ ਜੋ ਜਿਹਦੇ ਨਾਲ ਆਪਾਂ ਇੰਟੂ ਕਰ ਰਹੇ ਹਾਂ ਨਾ ਮਲਟੀਪਲਾਈ ਕਰ ਰਹੇ ਹਾਂ ਉਹ ਜੋ ਡਿਜਿਟ ਹੈ ਜੋ ਨੰਬਰ ਹੈ ਉਹ ਕੀ ਹੋ ਰਿਹਾ ਇਨਕਰੀਜ਼ ਹੋ ਰਿਹਾ ਦੈਟ ਮੀਨਸ 12 ਇੰਟੂ 4 ਕਿੰਨਾ ਹੋਏਗਾ ਆਪਣੇ ਕੋਲ 48 ਆਏਗਾ ਠੀਕ ਹੈ ਫਿਰ ਨੈਕਸਟ ਵਾਲਾ ਅਲਫਾਬੈਟ ਦੇਖ ਲਓ ਹੁਣ ਨੈਕਸਟ ਵਾਲਾ ਅਲਫਾਬੈਟ ਹੈ ਠੀਕ ਹੈ ਅਲਫਾਬੈਟ ਦੀ ਪੋਜੀਸ਼ਨ ਲਿਖ ਲਓ A ਦੀ ਪੋਜੀਸ਼ਨ ਹੋਏਗੀ 1 ਹੋਏਗੀ D ਦੀ ਪੋਜੀਸ਼ਨ ਕਿੰਨੀ ਆਏਗੀ 4 ਹੋਏਗੀ ਤੇ G ਦੀ ਪੋਜੀਸ਼ਨ ਕਿੰਨੀ ਆਏਗੀ 7 ਹੋਏਗੀ ਠੀਕ ਹੈ ਦੋ ਇਹਨਾਂ ਦੇ ਵਿੱਚ ਡਿਫਰੈਂਸ ਦੇਖ ਲਓ ਕਿੰਨੇ ਦਾ 3 ਦਾ ਡਿਫਰੈਂਸ ਹੈ ਦੈਨ ਫੇਰ 3 ਦਾ ਡਿਫਰੈਂਸ ਹੈ ਦੈਨ ਵੀ ਡਿਫਰੈਂਸ ਕਿੰਨੇ ਹੋਗਾ 3 ਦਾ ਡਿਫਰੈਂਸ ਹੋਏਗਾ 7 + 3 ਹੋਏਗਾ 10 10 ਕੀ ਦੀ ਪੋਜੀਸ਼ਨ ਹੁੰਦੀ ਹੈ ਕਿਹੜੇ ਅਲਫਾਬੈਟ ਦੀ ਪੋਜੀਸ਼ਨ ਹੁੰਦੀ ਹੈ J ਦੀ ਪੋਜੀਸ਼ਨ ਹੁੰਦੀ ਹੈ ਠੀਕ ਹੈ ਹੁਣ ਨੈਕਸਟ ਵਾਲਾ ਦੇਖੋ ਪੂਰੇ ਕਿੰਨੇ 11 ਹੈ ਪੂਰੇ 13 ਹੈ ਪੂਰੇ ਵਟ ਕੀ ਹੈ 17 ਹੁਣ ਤੁਹਾਡੇ ਦਿਮਾਗ ਚ ਆਏਗਾ 11 13 ਦੇਖ ਕੇ ਕਿ ਆਡ ਨੰਬਰਸ ਚੱਲ ਰਹੇ ਨੇ ਬਟ ਨੋ ਹੁਣ ਪਹਿਲੇ 11 ਹੈ 13 ਹੈ ਜੇ ਆਪਾਂ ਆਡ ਨੰਬਰ ਦੀ ਗੱਲ ਕਰੀਏ ਤਾਂ ਸਾਡੇ ਕੋਲ ਕੀ ਆਣਾ ਚਾਹੀਦਾ ਸੀ 15 ਆਣਾ ਚਾਹੀਦਾ ਸੀ ਨਾ ਨੈਕਸਟ ਵਾਲਾ ਬਟ ਸਾਡੇ ਕੋਲ ਕੀ ਆ ਰਿਹਾ 17 ਆ ਰਿਹਾ ਠੀਕ ਹੈ ਦੈਟ ਮੀਨਸ ਇਹ ਗੱਲ ਕਿਹਦੀ ਹੋ ਰਹੀ ਹੈ ਪ੍ਰਾਈਮ ਨੰਬਰਸ ਦੀ ਹੋ ਰਹੀ ਹੈ 11 ਹੈ 13 ਹੈ 17 ਹੈ ਫਿਰ ਨੈਕਸਟ ਵਾਲਾ ਪ੍ਰਾਈਮ ਨੰਬਰ ਕੀ ਹੋਏਗਾ 19 ਹੋਏਗਾ ਸੋ ਆਪਣਾ ਆਨਸਰ ਆਏਗਾ ਜੀ 48 J 19
अपने नेक्स्ट क्वेश्चन है जी। सो जी इस क्वेश्चन के नाल सा जी आज दी जो असाडा लेक्चर है लास्ट क्वेश्चन है जी। इहदे नाल ही आपां अल्फाबेट सीरीज दे हर एक टाइप दा क्वेश्चन कर लिया जिवें दे क्वेश्चन एग्जाम दे विच देखण नूं मिलदे ने ते पंजाब एग्जाम्स दे लैवल दे इन्ने कि ही लैवल दे क्वेश्चन आणगे। इस तो वे प्रैक्टिस करनी क्वेश्चन की बार बार प्रैक्टिस करनी है जिदे नाल की होगा तो जिन्हें भी अल्फाबैट है ना उदी जो पोजिशन है ऑटोमैटिकली याद हो जाएगी। ठीक है तो इस आप देखते सब तो पहला सी की पोजिशन देखिए कि 3 है, फिर आप देखिए एफ की पोजिशन देखिए 6 है, आप देखिए आई की पोजिशन देखिए 9 है पोजिशन। सो अपना नैक्सट वाला की हो रहा है 3 की हो रहा है एड हो रहा है। ठीक है एड हो रहा है 3 एड किया 6 हो गया, 6 ਦੇ ਵਿੱਚ 3 ਐਡ ਕੀਤਾ 9 ਹੋ ਗਿਆ, 9 ਦੇ ਵਿੱਚ 3 ਐਡ ਕਰੋਗੇ ਕਿੰਨਾ ਹੋਏਗਾ 12। ਹੁਣ ਸਾਨੂੰ ਪਤਾ ਹੈ ਕਿ 12 ਕੇ ਦੀ ਪੋਜੀਸ਼ਨ ਹੁੰਦੀ ਹੈ, 12 ਹੁੰਦੀ ਹੈ ਆਪਣੀ K ਦੀ ਪੋਜੀਸ਼ਨ ਕਿੰਨੀ ਹੁੰਦੀ ਹੈ 11 ਹੁੰਦੀ ਹੈ, K ਤੋਂ ਅਗਲਾ ਅਕਸ਼ਰ ਕਿਹੜਾ ਹੁੰਦਾ L ਹੁੰਦਾ। ਸੋ L ਅਲਫਾਬੈਟ ਦੀ ਪੋਜੀਸ਼ਨ ਕਿੰਨੀ ਹੁੰਦੀ ਹੈ 12 ਹੁੰਦੀ ਹੈ। ਠੀਕ ਹੈ ਸੋ ਆਪਾਂ ਨੈਕਸਟ ਵਾਲਾ ਦੇਖੀਏ ਕਿ ਅੱਗੇ ਆਪਣੇ ਕੋਲ ਕਿੰਨੇ ਨੂਮੈਰਿਕ ਨੇ। ਠੀਕ ਹੈ ਨੂਮੈਰਿਕ ਵੈਲਿਊ ਹੈ ਤਾਂ ਦੇਖੋ 4 ਹੈ, ਫਿਰ 9 ਹੈ, ਫਿਰ 16 ਹੈ। ਤੁਸੀਂ ਥੋੜਾ ਦਿਮਾਗ ਤੇ ਦੇਖੋ ਤਾਂ ਤੁਸੀਂ ਦੇਖੋਗੇ ਕਿ ਇਹ 2 ਦਾ ਸਕੁਅਰ ਹੋ ਰਿਹਾ ਹੈ। ठीक है देन की दस स्क्वायर हो रहा है, 3 दस स्क्वायर हो रहा है, देन 4 दस स्क्वायर होएगा। सो नेक्स्ट साडे कोल कितना स्क्वायर होएगा 5 दस स्क्वायर होएगा। सो 5 दस स्क्वायर की साडे कोल होंदा 25। ठीक है हुन नेक्स्ट वाला देखो एक्स है। ठीक है हुन सानू पता है कि साडे कोल एक्स की पोजीशन किन्नी होंदी है 24 होंदी है, ते अपने कोल यू की पोजीशन किन्नी होंदी है 21 होंदी है, ते साडे कोल आर की पोजीशन किन्नी होंदी है, साडे कोल आर की पोजीशन होंदी 18 पोजीशन होंदी है। डिफरेंस देखोगे डिफरेंस किन्ने का 3 का डिफरेंस है, देन किन्ने का डिफरेंस है 3 का डिफरेंस है, तो डिफरेंस की ओर घटता जा रहा है। पहला 24 फिर 21 फिर 18, हम 18 के 3 माइनस करोगे साडे कोल किन्ना आ जाएगा 15 आ जाएगा। हम सानू 15 नंबर याद होना चाहिए कि केड़े अल्फाबेट की की है न्यूमेरिक पोजिशन है, तो 15 कि होंगी है ओ की होंगी है। सो अपना आंसर किन्ना होगा एल 25 ओ। सो इस दे नाल ही अपना अज दा अल्फाबेट सीरीज वाला लैक्चर खत्म हुंदा है। सो आपां नेक्स्ट लैक्चर लेके आवांगे। थैंक यू।